ਆਪਾਂ ਗੱਲ ਪੜ੍ਹ ਰਹੇ ਸੀ ਬਲਰਾਜ ਸਾਹਨੀ ਦਾ ਲਿਖਿਆ ਹੋਇਆ ਲੇਖ ਮੁੜ ਵੇਖਿਆ ਪਿੰਡ। ਠੀਕ ਹੈ, ਬਲਰਾਜ ਸਾਹਨੀ ਦਾ ਲਿਖਿਆ ਹੋਇਆ ਹੈ। ਇਸ ਵਿੱਚ ਆਪਾਂ ਹਾਲੇ ਤੱਕ ਪੜ੍ਹਿਆ ਕੀ ਹੈ ਕਿ ਬਲਰਾਜ ਸਾਹਨੀ ਜਿਹੜਾ ਹੈ ਉਹ ਆਪਣੇ ਪਿੰਡ ਪੇਰਾਂ ਨੂੰ, ਠੀਕ ਹੈ, ਬਹੁਤ ਜ਼ਿਆਦਾ ਯਾਦ ਕਰਦਾ ਹੈ, ਬਹੁਤ ਜ਼ਿਆਦਾ ਉਸਨੂੰ ਪਿਆਰ ਕਰਦਾ ਹੈ ਤੇ ਉਹ 40 ਸਾਲਾਂ ਬਾਅਦ ਆਪਣੇ ਪਿੰਡ ਨੂੰ ਦੇਖਣ ਜਾਂਦਾ ਹੈ ਆਪਣੇ ਦੋਸਤਾਂ ਦੇ ਨਾਲ। ਠੀਕ ਹੈ, ਦੋਸਤਾਂ ਦੇ ਨਾਲ, ਔਰ ਉਹਦੇ ਕੋਲ ਸਿਰਫ 3 ਘੰਟੇ ਹੁੰਦੇ ਨੇ। 3 ਘੰਟਿਆਂ ਵਿੱਚ ਉਹਨੇ ਆਪਣਾ ਪੂਰਾ ਪਿੰਡ ਦੇਖਣਾ ਹੁੰਦਾ ਹੈ। ਉਹਨੂੰ ਆਪਣੇ ਪਿੰਡ ਦੀ ਹਰ ਇੱਕ ਗਲੀ ਯਾਦ ਹੈ। ਉਹ ਬੱਸ ਵਿੱਚ ਬੈਠਾ ਹੋਇਆ ਵੀ ਇਹੀ ਸੋਚਦਾ ਰਹਿੰਦਾ ਹੈ ਕਿ ਕਿੱਦਾਂ ਕਿੱਦਾਂ ਪਿੰਡ ਦੀਆਂ ਗਲੀਆਂ ਸਨ, ਕਿੱਥੇ ਕਿੱਥੇ ਹਰ ਇੱਕ ਕਲੋਨੀ ਬਣੀ ਹੋਈ ਸੀ, ਜਿਸ ਤਰ੍ਹਾਂ ਕੋਲੀਆਂ ਦਾ ਅਲੱਗ ਸੀ, ਠੀਕ ਹੈ, ਇਸ ਤਰ੍ਹਾਂ ਹੀ ਹਰ ਇੱਕ ਸਾਨੀਆਂ ਦਾ ਅਲੱਗ ਹੁੰਦਾ ਸੀ ਪਿੰਡ, ਜਿਹੜਾ ਮੁਹੱਲਾ, ਰਾਈਟ, ਉਹ ਸਾਰਾ ਉਹਨਾਂ ਨੇ ਦੱਸਿਆ ਹੋਇਆ ਹੈ। ਫਿਰ ਅੱਗੇ ਦੱਸਿਆ ਹੋਇਆ ਹੈ ਕਿ ਕਿੱਦਾਂ ਉਹਨੂੰ ਮਤਲਬ ਕਿ ਯਾਦ ਆਉਂਦਾ ਸੀਗਾ, ਉਹ ਕਿਸ ਤਰ੍ਹਾਂ ਉਹਨਾਂ ਨੇ ਬਚਪਨ ਵਿੱਚ ਸ਼ਰਾਰਤਾਂ ਕੀਤੀਆਂ ਸੀ, ਠੀਕ ਹੈ, ਕਿ ਜਦੋਂ ਖੇਤਾਂ ਵਿੱਚ ਜਾਂਦੇ ਸਨ ਲੋਕਾਂ ਨੂੰ ਪਰੇਸ਼ਾਨ ਕਰਦੇ ਸੀ, ਪਰ ਉਹ ਪਰੇਸ਼ਾਨੀ ਕਿਸੇ ਨੂੰ ਵੀ ਇੰਨੀ ਜ਼ਿਆਦਾ ਤਕਲੀਫ ਦੇਣ ਵਾਲੀ ਨਹੀਂ ਸੀ ਹੁੰਦੀ, ਲੋਕੀ ਇੰਜੋਏ ਕਰਦੇ ਹੁੰਦੇ ਸੀ ਉਹ ਵਾਲੀ ਪਰੇਸ਼ਾਨੀਆਂ ਨੂੰ ਵੀ। ਠੀਕ ਹੈ, ਤੇ ਉਹ ਕਹਿੰਦਾ ਹੈ ਕਿ ਜਿਹੜਾ ਮੇਰਾ ਪਿੰਡ ਹੈ ਉਹਦੀ ਯਾਦ, ਹਰ ਇੱਕ ਯਾਦ ਮੇਰੇ ਜ਼ਿਹਨ ਵਿੱਚ, ਦਿਮਾਗ ਵਿੱਚ ਉਸੇ ਤਰ੍ਹਾਂ ਹੀ ਵਸੀ ਹੋਈ ਹੈ। ਠੀਕ ਹੈ, ਤੇ ਬਾਅਦ ਵਿੱਚ ਉਹ ਜਦੋਂ ਜਾਂਦਾ ਤੇ ਇੱਕ ਅੱਡੇ ਤੇ, ਬੁੱਲੋਵਾਲ ਅੱਡੇ ਤੇ ਬੱਸ ਰੁਕ ਜਾਂਦੀ ਆ, ਉੱਥੇ ਟਾਈਮ ਲੱਗ ਜਾਂਦਾ ਆ। ਉਹ ਕਹਿੰਦਾ ਕਿ ਮੇਰੇ 45 ਮਿੰਟਸ ਏਦਾਂ ਹੀ ਵੇਸਟ ਹੋ ਗਏ। ਫਿਰ ਉਹ ਉੱਥੇ ਜਿਹੜਾ ਬੈਠਾ ਹੁੰਦਾ ਹੈ, ਜਿਹੜਾ ਇੱਕ ਮੈਨੇਜਰ ਹੈ ਉਹਦੇ ਕੋਲ ਜਾਂਦਾ ਹੈ, ਠੀਕ ਹੈ, ਤੇ ਉਹਨੂੰ ਵੀ ਕਹਿੰਦਾ ਮੇਰਾ ਟਾਈਮ ਵੇਸਟ ਹੋ ਗਿਆ। ਦੈਨ ਉਹ ਵੀ ਕਹਿੰਦਾ ਕਿ ਤੂੰ ਇੱਥੇ ਦੇਖਣ ਗਿਆ, ਇੱਥੇ ਸਿਰਫ ਮਿੱਟੀ ਹੈ। ਠੀਕ ਹੈ, ਫਿਰ ਉਸ ਤੋਂ ਬਾਅਦ ਵਿੱਚ ਉਹ ਦੇਖਦਾ ਹੈ, ਰੇਲਵੇ ਸਟੇਸ਼ਨ ਤੇ ਜਾਂਦਾ ਹੈ, ਫਿਰ ਉਹਨੂੰ ਬੱਸਾਂ ਦਾ ਅੱਡਾ ਯਾਦ ਆਉਂਦਾ ਹੈ, ਇੱਕ ਬਲੋਚੀ ਦਰਵਾਜ਼ਾ ਯਾਦ ਆਉਂਦਾ ਹੈ, ਬਲੋਚੀ ਦਰਵਾਜ਼ਾ ਮਤਲਬ ਜਿਹਦੇ ਪਾਰ ਜਾ ਕੇ ਇੱਕ ਹੋਰ ਨਵੀਂ ਦੁਨੀਆਂ ਆਉਣੀ ਹੈ। ਠੀਕ ਹੈ, ਇੱਕ ਤਰ੍ਹਾਂ ਨਾਲ ਥੋੜਾ ਡਰਾਵਣਾ ਜਿਹਾ ਦਰਵਾਜ਼ਾ। ਫਿਰ ਉਹ ਕੀ ਕਰਦਾ ਹੈ, ਇੱਕ ਪਾਸਪੋਰਟ ਲਿਜਾਂਦਾ ਹੈ। ਠੀਕ ਹੈ, ਪਾਸਪੋਰਟ ਤੇ ਉਹਨਾਂ ਦੀ ਐਂਟਰੀ ਦੇ ਔਰ ਐਕਸਿਟ ਦੇ ਦੋਨੋਂ ਤਰ੍ਹਾਂ ਦੇ ਸਾਈਨ ਹੋ ਜਾਂਦੇ ਨੇ ਤਾਂ ਕਿ ਉਹਨਾਂ ਦਾ ਟਾਈਮ ਜਿਹੜਾ ਹੈ ਉਹ ਬਚ ਸਕੇ। ਠੀਕ ਹੈ, ਪੇਜ ਨੰਬਰ 101 ਦਾ ਲਾਸਟ ਪੈਰਾ ਆਪਾਂ ਰੀਡ ਕਰਨਾ ਹੈ। ਪੇਜ ਨੰਬਰ 101 ਸੀ, ਉਹ ਵੀ ਤੇ ਇੰਸਪੈਕਟਰ ਵੀ ਖਾਮੋਸ਼ ਨਹੀਂ। ਵੇਖਿਆ ਮੈਂ ਨਾਲ ਆਏ ਸਾਥੀਆਂ ਸਿਕੰਦਰ, ਸ਼ਾਕਿਰ ਅਤੇ ਮੁਸਤਹਿਮੀਨ ਨੂੰ ਕਿਹਾ। ਹੁਣ ਉਹਦੇ ਦੋਸਤਾਂ ਦੇ ਨਾਮ ਨੇ, ਇਹਨਾਂ ਨੂੰ ਅੰਡਰਲਾਈਨ ਕਰ ਲਓ, ਸਿਕੰਦਰ, ਸ਼ਾਕਿਰ ਤੇ ਮੁਸਤਹਿਮੀਨ। ਠੀਕ ਹੈ, ਨਾਮ ਯਾਦ ਕਰਨੇ ਨੇ ਉਹਨਾਂ ਨੂੰ। ਉਹਨਾਂ ਨੇ ਕਿਹਾ ਸੀਗਾ ਕਿ ਆਪਣੇ ਤੇ ਪ੍ਰਾਇ ਸ਼ਹਿਰ ਦਾ ਇਹੀ ਫਰਕ ਹੁੰਦਾ ਹੈ, ਮਤਲਬ ਜੇ ਤੁਸੀਂ ਦੂਸਰੇ ਸ਼ਹਿਰ ਜਾਂਦੇ ਹੋ ਤਾਂ ਕੋਈ ਤੁਹਾਨੂੰ ਇੰਨਾ ਐਂਟਰਟੇਨ ਨਹੀਂ ਕਰਦਾ। ਠੀਕ ਹੈ, ਜੇ ਤੁਸੀਂ ਆਪਣੇ ਸ਼ਹਿਰ ਵਿੱਚ ਹੁੰਦੇ ਹੋ ਤੁਹਾਨੂੰ ਹਰ ਇੱਕ ਸ਼ਹਿਰ ਦੇ ਬਾਰੇ ਵਿੱਚ ਪਤਾ ਹੁੰਦਾ ਹੈ। ਉਹ ਵੀ ਤੇ ਇੰਸਪੈਕਟਰ ਵੀ ਖਾਮੋਸ਼ ਰਹੇ, ਮੈਂ ਆਪ ਜਾਣਦਾ ਸਾਂ, ਹੁਣ ਇਹ ਸ਼ਹਿਰ ਉਤਨਾ ਹੀ ਮੇਰਾ ਸੀ ਜਿਤਨਾ ਦਿੱਲੀ ਸਿਕੰਦਰ ਦੀ। ਠੀਕ ਹੈ, ਮਤਲਬ ਸਿਕੰਦਰ ਨੇ ਦਿੱਲੀ ਉੱਤੇ ਰਾਜ ਕੀਤਾ ਸੀ, ਰਾਈਟ, ਪਰ ਉਹਦੇ ਨਾਲ ਇੰਨਾ ਜ਼ਿਆਦਾ ਮੋਹ ਪਿਆਰ ਨਹੀਂ ਸੀ ਪਾ ਸਕਿਆ। ਇਸੇ ਤਰ੍ਹਾਂ ਇਹ ਕਹਿੰਦਾ ਕਿ ਇਹ ਵੀ ਜਿਹੜਾ ਮੇਰਾ ਸ਼ਹਿਰ ਹੈ, ਜਿਹੜਾ ਮੇਰਾ ਪਿੰਡ ਹੈ ਪੇਰਾਂ, ਉਹ ਵੀ ਮੇਰੇ ਲਈ ਏਦਾਂ ਦਾ ਹੀ ਹੈ। ਹੁਣ ਉਹਦੇ ਨਾਲ ਉਹਦੀ ਮਤਲਬ ਅਟੈਚਮੈਂਟ ਤਾਂ ਸੀ, ਪਰ ਪਹਿਲਾਂ ਵਰਗੀ ਅਟੈਚਮੈਂਟ ਹੁਣ ਨਹੀਂ ਰਹਿ ਗਈ ਕਿਉਂਕਿ ਉਹ ਸ਼ਹਿਰ ਚਲਾ ਗਿਆ ਸੀ ਉਹਨੂੰ ਛੱਡ ਕੇ। ਪਰ ਮੈਂ ਸਿਆਣਿਆਂ ਬਣਨ ਦੇ ਰੌ ਵਿੱਚ ਸੀ, ਰੌ ਵਿੱਚ ਨਹੀਂ ਸਾਂ। ਠੀਕ ਹੈ, ਰੌ ਹੁੰਦਾ ਮਤਲਬ ਕਿ ਉਹਦਾ ਮਨ ਨਹੀਂ ਸੀ ਕਿ ਉਹ ਸਿਆਣਾ ਬਣੇ। ਉਹਦੇ ਦੋਸਤਾਂ ਨੇ ਉਹਨੂੰ ਸਲਾਹ ਦਿੱਤੀ ਸੀਗੀ ਕਿ ਪਿੰਡ ਬਾਰੇ ਹੁਣ ਤੈਨੂੰ ਇੰਨੀ ਜ਼ਿਆਦਾ ਨੌਲੇਜ ਨਹੀਂ ਹੈ, ਇਸ ਲਈ ਤੂੰ ਇੱਕ ਐਜ਼ ਆ ਗਾਈਡ ਕੋਈ ਬੰਦਾ ਰੱਖ ਲਾ ਜਿਹੜਾ ਕਿ ਤੈਨੂੰ ਪਿੰਡ ਦੀਆਂ ਗਲੀਆਂ ਬਾਰੇ ਜਾਣ ਪਛਾਣ ਕਰਾਵੇ। ਪਰ ਉਹ ਸਿਆਣਾ ਬਣਨਾ ਹੀ ਨਹੀਂ ਸੀ ਚਾਹੁੰਦਾ। ਠੀਕ ਹੈ, ਮੁੰਡਿਆਂ ਨੇ ਬਥੇਰਾ ਕਿਹਾ ਕਿਸੇ ਵਾਕਫਕਾਰ ਨੂੰ ਨਾਲ ਲੈ ਲਈਏ, ਪਰ ਮੈਂ ਇੱਕ ਨਾ ਮੰਨੀ। ਗੰਜ ਵਿੱਚ ਉਸੇ ਤਰ੍ਹਾਂ ਆਪਣੇ ਮੁਹੱਲੇ ਦੇ ਨੇੜੇ ਪੁੱਜ ਕੇ ਮੈਂ ਭੰਬਲ ਭੁੱਸਿਆਂ ਵਿੱਚ ਪੈ ਗਿਆ। ਭੰਬਲ ਭੁੱਸੇ ਕੀ ਹੁੰਦਾ ਆ, ਡਬਲ ਮਾਈਂਡਡ ਹੋ ਗਿਆ ਉਹ ਅੱਗੇ ਜਾ ਕੇ। ਹਰ ਪਾਸੇ ਇਮਾਰਤਾਂ ਢਹਿ ਕੇ ਢੇਰੀ ਹੋਈਆਂ ਪਈਆਂ ਸਨ, ਹੁਲੀਆ ਸਾਰਾ ਬਦਲਿਆ ਹੋਇਆ ਸੀ। ਕਿਉਂ ਭੰਬਲ ਭੁੱਸੇ ਵਿੱਚ ਪੈ ਗਿਆ, ਕਿਉਂਕਿ ਉਹਨੂੰ ਲੱਗਾ ਕਿ ਉਹ ਜਿਹੜਾ ਪਿੰਡ ਹੈ ਸਾਰੇ ਦਾ ਸਾਰਾ ਕੀ ਹੈ, ਢੇਰ ਦੇ ਵਿੱਚ ਬਦਲਿਆ ਹੋਇਆ ਹੈ। ਸਾਰੀਆਂ ਇਮਾਰਤਾਂ ਡਿੱਗ ਗਈਆਂ ਸਨ, ਹੁਲੀਆ ਟੋਟਲੀ ਰੂਪ ਹੀ ਚੇਂਜ ਹੋ ਚੁੱਕਾ ਸੀ। ਸਾਡੀ ਗਲੀ ਦੀ ਨੁੱਕਰ ਉੱਤੇ ਇੱਕ ਖੂਹ ਹੁੰਦਾ ਸੀ, ਅੰਡਰਲਾਈਨ ਕਰ ਲਓ, ਗਲੀ ਦੀ ਨੁੱਕਰ ਉੱਤੇ ਕੀ ਹੁੰਦਾ ਸੀ, ਇੱਕ ਖੂਹ। ਠੀਕ ਹੈ, ਨੁੱਕਰ ਕਿਹਨੂੰ ਕਹਿੰਦੇ ਹਨ, ਬਿਲਕੁਲ ਇੱਕ ਕੋਨੇ ਤੇ, ਕਾਰਨਰ। ਉਹਦੇ ਐਨ ਸਾਹਮਣੇ ਮੇਰੇ ਚਾਚਾ ਜੀ ਦਾ ਘਰ ਸੀ। ਹੁਣ ਖੂਹ ਦੇ ਸਾਹਮਣੇ ਕਿਸ ਦਾ ਘਰ ਸੀ, ਸੋ ਆਂਸਰ ਇਸ ਚਾਚਾ ਜੀ। ਮੋਕਲੇ ਜਿਹੇ ਗਲੀਆਂ ਦੇ ਮੇਲ ਉੱਪਰ, ਮੋਕਲਾ ਤੰਗ ਜਿਹਾ, ਬਹੁਤ ਜ਼ਿਆਦਾ ਖੁੱਲੀ ਗਲੀ ਨੀ, ਮੋਕਲੇ ਜਿਹੇ ਗਲੀਆਂ ਦੇ ਮੇਲ ਉੱਪਰ ਸਾਰਾ ਦਿਨ ਜਨਾਨੀਆਂ ਚਰਖੇ ਡਾ ਕੇ ਕੁੱਕਰ ਮਚਾਈ ਰੱਖਦੀਆਂ ਸਨ।
चरखा की हुंदा है, चरखा डा के कुकर, पता किसी नू चरखा दे पता ही होना है। यस लवलीना, हम चरखा पता है जिसमें थ्रेड डालकर वो कपड़ा बनाते थे, गांधी जी का चरखा, ठीक है, स्पिन व्हील, स्पिन व्हील कहते आप ओनू, ठीक है ओनू आप कहने हैं। ते अर्चिता मैम कुकर मतलब घूमते हुए पहिए दी जिवें आवाज निकलती है। वेरी गुड, वेरी गुड। कुकर हुंदा जिसका चरखा चल रहा ना ओदी आवाज निकलनी, ठीक है। चरखा डा, डाहा की हुंदा अर्चिता मैम उसको रख के मतलब उस पे काम करना। गुड गुड, चरखे नो एक प्रॉपर जगह ते रख के ओदे ते काम करना। ते कुकर की हुंदा जिसका एदा पहिया जिया ओदा हुंदा ना गोल गोल जिया चरखे दा, ओ घूमदा ते ओदी एक साउंड आंदी सी उनू आपा कहंदे हां, ठीक है। मेरे चाचा जी दे घर दा दरवाजा पुराने ढंग दा सी, हुण ओना दे घर दा दरवाजा किस तरह दा सी, पुराने ढंग दा, इनू अंडरलाइन कर लो। लकड़ी उपर बेहतरीन चोबकारी दा काम सी, चोबकारी की हुंदा है किसी नू पता, चोबकारी मैम कोई लकड़ी की नक्काशी वगैरह उसके ऊपर डिजाइनिंग की हो। हाँ जी हाँ जी, डिजाइनिंग वगैरह की जाती है। यस मम्मी, मैम चोप तो फुलकारी का नमूना होता है। चोप फुलकारी का नमूना होता है, मतलब चोपकारी मतलब जिसना फुलकारी उत्ते अलग अलग तरह के डिजाइन होंगे ना। पहला पहला आजकल भी वैसे काफी ट्रेंड हूं चल पिया है, पहला पहला किसी का कि हर एक घर दे विच ना दरवाजिया उत्ते कुछ ना कुछ डिजाइन पाया हुंदा। तो देखा होगा पहला पहला जिहड़े घर हुंदे सी डोर उत्ते ना एदा राउंड दे विच या कोई फ्लावर बनिया हुंदा सी या कुछ बनिया हुंदा सी उहनू बोल देंदे चोबकारी, ठीक है। बड़िया मुश्किलां नाल खूह तां लभ पिया पर आस पास कोई ना कोई गली ना कोई मकान, इंज जापिया जिवें हुणे हुणे हवाई हमला होया है अते हर पासे मलबे दे ढेर लगे हुए हन। मलबे दे ढेर मतलब क्योंकि इमारतां डिगियां होईयां सी, सब कुछ टुटिया होया सी, तो जोड़े भी इट्टा रोड़े जिसते उन्हों आपां मलबा करने, ठीक है। कोई विरली इमारत ही साबत खड़ी सी, साबत मतलब कुछ कोई बिल्डिंग सी जड़ी प्रॉपर खड़ी सी, पूरी ढही हुई नहीं सी। साथिया ने हिम्मत दिवाई पुछ पुछा के चौधरी गुलाम मुहम्मद का घर लभ्या, अंडरलाइन कर लो किसका घर लभ्या, गुलाम मुहम्मद। गुलाम मुहम्मद कौन सी, लेखक दे चाचा जी। गुलाम मुहम्मद का घर लभ्या, थोड़ा चिर उड़ीकन तो बाद ओह बाहर आए, मेरी ही उम्र दे सन, चाहे ओ चाचा जी सन पर उन्हां दी ही उम्र दे सन। सी पहला पहला की हुंदा सीगा क्योंकि मतलब बच्चे काफी हुंदे सीगे, छोटी उम्र विच ही ब्याह कर दिता जांदा सी, ठीक है। ते कई बार हुंदा सीगा जिस तरह चाचा भतीजा ना ओह भी एज मेट ही हुंदे सीगे, राइट। ते ओह भी चाचा जी ओहदी उम्र दे सीगे, वेखदिया सार मैनू उन्हों का बचपन का रूप भी चेते आ गया, मतलब जड़ा लेखक है ओहदी इमेज उन्हें किदा दी बना ली अपने चाचा जी की, जिस तरह के बचपन विच नजर आते सन। बचपन विच असी इकट्ठे खेडे सी, मैं उन्हां नूं अपनी पछाण कराई, मेरे पिता जी दा नां सुणदिआं सार उन्हां मैनूं गल ना ला लिया ते जारो जार रोण लग पे, जारो जार मतलब उच्ची उच्ची। दादे पोतरे भरा सां दोवें, मतलब ओह जिहड़े रियल चाचा जी नहीं सीगे, ओह जिस तरह दादे पोतरे, पोतरे किहनूं कहिंदे, ग्रैंड सन नूं कहिंदे, इस तरह मतलब उन्हां दा रिलेशन सी, ठीक है, शरीके विचों ही सन बट रियल ब्रदर नहीं सीगे। एक खून पर वंड तो बाद ओह मुसलमान हो गए, खून इको ही सी, इको ही मतलब ब्लड ग्रुप इको ही, पर ओह वंड तो बाद ओहदे चाचा जी मुसलमान बन गए, ता ही उन्हां दा नाम की सी गुलाम मुहम्मद, ते जिहड़ा लेखक सी ओह हिंदू बन गया, ठीक है। मतलब ये वंड तो पहला की गल है क्योंकि देखो पहला तो सारे इंडियन ही सीगे, फिर वंड तो बाद विच पाकिस्तान बनिया, फिर जड़े पाकिस्तान चल गए वह मुसलमान बन गए, जड़े इत्थे रह गए वह हिंदू मुस्लिम सिख, वह इत्थे तो सारे ही हैं, ठीक है। तो वह की बन गए, वह हिंदुस्तानी ही रह गया लेखक, तो चाचा जी पाकिस्तानी बन गए। साड़ियां जुड़ियां हुई बाहां ते छातियां दे विचकार एक खाई सी इतनी लंबी ते चौड़ी जिसका कोई हिसाब नहीं सी, क्यों डिस्टेंस क्यों सी, चाहे उन्हां दोनों ने एक दूसरे नूं गल ना लगाया सी, ठीक है, हग कीता सी प्यार दे नाल, पर फिर भी उन्हां विच एक डिफरेंस सी, क्यों सी, एनी गैस लवलीना क्यों सी उन्हां विच मैम, क्योंकि
क्योंकि वो पाकिस्तानी थे और वो लेखक हिंदुस्तानी था, हाँ जी हम ठीक शायद इसका डिफरेंस उनके मन में था। ठीक है गुड। यस पनिका डिफरेंस क्यों सी? यस मैम सेम, क्योंकि वो हिंदुस्तानी थे और वो पाकिस्तानी थे, थोड़ा रिलीजन का भी हो जाता है कि वो मुस्लिम हो गए और वो हिंदू हो गए, थोड़ा ठीक है इसलिए। ओके गुड राइट, क्योंकि वो एक तां दूर सीगे, वो पाकिस्तान विच ते लेखक हिंदुस्तान विच, एक वो पाकिस्तानी मुसलमान बन गए सीगे, ते कितने कितने साड़ी सोच विच आ जांदा ना कि वो दूसरे है धर्म दा, ते थोड़ा जो ना विच वो डिफरेंस आ गया सी। ठीक है एक दूजे दे दिल दियां धड़कना महसूस करदे होए भी असी खाई तो गाफल नहीं हो सके। गाफल मतलब असी उसनों पहचान ना सके, एक खाई साडे अंदर सी, एक दूरी साडे अंदर सी, पर फिर भी आपा एक दूसरे नो मतलब जानदे सीगे, पर उस दूरी नो उना नो फील नहीं सी हो रहा कि वो दूरी क्यों आ रही है। ठीक है इस अक्लिप्त परिस्थिति ने, अक्लिप्त मतलब लोनलीनेस, इकल्लापन, इकल्लापन फील हो रहा सी उना दोनों नो, परिस्थिति ने मेनू इतना बौंदला छड़िया कि मेनू रोन भी नहीं आया। मतलब वो इन्ना ज्यादा डबल माइंडेड हो गया, इन्ना ज्यादा कंफ्यूज हो गया, उन्होंने रोना भी नहीं सी आ रहा। फिर वो सानू घर दे अंदर लै गए, घर नवा नवा बनाया सी, बाहर टिब्बा सी, टिब्बा की हुंदा छोटा जिहा खड्डा टोआ जिवें साडे घर दे सामने हुंदा सी। ए सुपरो लंघदी चिट्टा बुरका पाई उन्हां दी पत्नी मेरी भाभी मकान दे पिछवाड़े चली गई। बुरका क्योंकि वो मुसलमान सी, उन्होंने बुरका पाया हुआ सी वाइट कलर दा, ओ मकान दे पिछवाड़े मतलब पिछली साइड ते चले गए। चौधरी साहब ने अंदर जाके उन्हें चाह पानी का आहर करने लिए कहा। आहर की हुंदा है, आहर इंतजाम। इंतजाम करने लिए, एक पर्टिकुलर वर्ड है इदा आहर, काम करने लिए। ठीक है आहर मीन्स काम। उन्हें कहा गया कि चाह पानी का इंतजाम या काम किया जाए। ठीक है एनु भी अंडरलाइन कर लो, किसने किया? चौधरी साहब की पत्नी ने। फिर उन्हों का 18 वर्या का लड़का अंदर आ गया, अंडरलाइन इट, 18 ईयर्स का उन्हों का मुंडा सी, अनवर ना सी शायद ओहदा, मुंडे का नाम की सी अनवर, उम्र कितनी सी 18 साल। ठीक है ओने मेनू पैरी हाथ लाया, मैं पिठ उत्ते हाथ फेर के असीसां दित्तियां, 40 वरे कोई घट नहीं हुंदे, अते फिर जदों असां निक्के सां, निक्कियां ने तेरे दा सब कुछ छड्ड दित्ता, तां मां प्यो ने इत्थे आके की करना सी? मैं चौधरी साहब तो अपने मकान बारे पुछया, पर उन्हां गोल मोल जिहा जवाब दिता। गोल मोल मतलब उन्होंने एग्जैक्ट आंसर नहीं दिता, गल्लां गल्लां विच घुमाए गए। हकीकतन उन्हां नूं याद नहीं सी रिहा कि चाचियां तायां दे अनेकां मकानां विचों केड़ा मेरे पिता जी दा हुंदा। मतलब हुण 40 साल बाद उन्हों इन्ना याद नहीं सीगा कि उन्हों का घर केड़ा सी, क्योंकि सखे तो मतलब हैगे तां चाचे तायां विचों सी, पर सखापन उन्हां विच नहीं सी। पर उन्हां दी इस बेअर्थ जिही खामोशी ते मैनूं शक पैण लग पिया कि जिस मकान विच मैं बैठा होया है यह साडा मकान है। मतलब देखो उन्हें गोल मोल गल कर दिती, ओनू घर उन्हें क्यों नहीं दस्या? क्योंकि जिथे वो बैठे हुए सन वो एक्चुअल विच लेखक का ही घर सी, जिथे हुण ओदे चाचा जी ने अपना हक जमाया होया सी। चौधरी साहब ने ढवा के अपनी जमीन नाल रला लिया है। ठीक है हुण जदों वंड हुई बेटा, काफी सारिया जमीना जड़िया सीगियां वो इथे रह गईयां। ठीक है ते जिहड़े लोकी उधर सीगे ओ जे मान लो इधर आए, क्योंकि क्या सीगा ना वंड विच कि पाकिस्तान दे जिहड़े ने ठीक है वो इधर आए सी, मुसलमान उधर चले गए, जिहड़े हिंदू सी वो इंडिया विच आ गए। उत्थे जिहड़े उहनां दे घर सीगे वो उत्थे ही रह गए, उहनां नूं मिले थोड़ी ना। फिर उत्थे जिहड़े उहनां दे घर सीगे उत्थे होर लोकां ने अपनियां जमीनां बना लईआं। मतलब उहनां नूं इन्ना ज्यादा जदों वंड हुई सी बहुत ज्यादा लॉस होया सी लोकां नूं। ठीक है उहनां ने अपनियां जमीनां जायदादां, अद्धिआं ने तां अपने बच्चे तक भी खो दित्ते सीगे। ठीक है ਅਤੇ ਇਹ ਨਵੇਂ ਕਮਰੇ ਪਾ ਲਏ ਹਨ। ਮੋਹਰਲੇ ਟਿੱਬੇ ਨੂੰ ਵੇਖ ਕੇ ਮੇਰਾ ਸ਼ੱਕ ਹੋਰ ਵੀ ਪੱਕਾ ਹੋਈ ਜਾ ਰਿਹਾ ਸੀ। ਮੋਹਰਲਾ ਟਿੱਬਾ ਕਿਉਂਕਿ ਉਹਨੂੰ ਲੱਗਦਾ ਸੀਗਾ ਕਿ ਮੇਰੇ ਘਰ ਦੇ ਸਾਹਮਣੇ ਵੀ ਇੱਕ ਟਿੱਬਾ ਹੈ ਤੇ ਉਹੀ ਟਿੱਬਾ ਚਾਚਾ ਜੀ ਦੇ ਘਰ ਦੇ ਅੱਗੇ ਸੀ, ਤਾਂ ਉਹਨੂੰ ਲੱਗਦਾ ਪਿਆ ਸੀਗਾ ਕਿ ਇਹ ਮੇਰਾ ਹੀ ਘਰ ਹੈ। ਪਰ ਮੈਨੂੰ ਇੰਜ ਹੋ ਜਾਣ ਦਾ ਰੰਜ ਕੋਈ ਨਹੀਂ ਸੀ ਮਹਿਸੂਸ ਹੋਇਆ। ਰੰਜ ਕੀ ਹੁੰਦਾ ਹੈ? ਅਫਸੋਸ ਨਹੀਂ ਸੀ ਉਹਨੂੰ ਹੋ ਰਿਹਾ ਕੋਈ, ਕਿਉਂਕਿ ਉੱਥੇ ਰਹਿ ਨਹੀਂ ਸੀ ਰਹੇ। ਠੀਕ ਹੈ
ਸਗੋਂ ਬੜੀ ਤਸੱਲੀ ਸੀ ਕਿ ਖਾਨਦਾਨੀ ਚੀਜ਼ ਆਪਣੇ ਹੀ ਵੀਰ ਦੇ ਕੰਮ ਆ ਗਈ। ਯੈਸ ਅਰਚਿਤਾ, ਓਕੇ ਠੀਕ ਹੈ। ਪਰ ਉਹਨੂੰ ਕੋਈ ਵੀ ਅਫਸੋਸ ਨਹੀਂ ਸੀ ਹੋ ਰਿਹਾ, ਉਹਨੂੰ ਕਦੀ ਵੀ ਕੋਈ ਗੁੱਸਾ ਨਹੀਂ ਸੀ ਆ ਰਿਹਾ, ਉਹਨੂੰ ਲੱਗ ਰਿਹਾ ਸੀਗਾ ਕਿ ਚਲੋ ਘਰ ਦੀ ਜ਼ਮੀਨ ਹੈ, ਘਰ ਦੇ ਬੰਦੇ ਕੋਲ ਹੀ ਪਈ ਹੋਈ ਹੈ। ਪਰ ਮੇਰੇ ਸਾਥੀਆਂ ਨੂੰ ਮੇਰੇ ਦਿਲ ਵਿੱਚ ਉੱਠ ਰਹੀਆਂ ਦਲੀਲਾਂ ਦਾ ਕਿਵੇਂ ਇਲਮ ਹੋ ਸਕਦਾ ਹੈ? ਇਲਮ ਕੀ ਹੁੰਦਾ ਹੈ? ਇਲਮ ਯੈਸ ਅਰਚਿਤਾ ਮੈਮ, ਗਿਆਨ ਜਾਂ ਫਿਰ ਜਾਣਕਾਰੀ। ਵੈਰੀ ਗੁੱਡ, ਕਾਫੀ ਬੱਚਿਆਂ ਨੂੰ ਪਤਾ ਹੈ, ਵੈਰੀ ਗੁੱਡ। ਠੀਕ ਹੈ, ਇਲਮ ਕੀ ਹੁੰਦਾ? ਗਿਆਨ। ਉਹਨਾਂ ਨੂੰ ਨਹੀਂ ਸੀ ਪਤਾ ਲੱਗ ਰਿਹਾ ਕਿ ਉਹਦੇ ਦਿਲ ਵਿੱਚ ਚੱਲ ਕੀ ਰਿਹਾ ਹੈ। ਉਹ ਘੜੀ ਮੁੜੀ ਵਕਤ ਦੀ ਤੰਗੀ ਵੱਲ ਇਸ਼ਾਰਾ ਕਰਦੇ ਅਤੇ ਕਹਿੰਦੇ, ਆਪਣਾ ਮਕਾਨ ਵੀ ਤੋਂ ਢੂੰਡੀਏ। ਮਤਲਬ ਉਹ ਮੁਸਲਮਾਨ ਸੀਗੇ, ਕਿਉਂਕਿ ਉਹਨਾਂ ਨਾਮ ਉੱਧਰ ਦਾ ਸੀਗਾ, ਤੇ ਉਹ ਕਹਿੰਦੇ ਕਿ ਆਪਣਾ ਮਕਾਨ ਤਾਂ ਲੱਭੋ। ਮੈਂ ਉਹਨਾਂ ਨੂੰ ਟਾਲ ਛੱਡਦਾ, ਮਤਲਬ ਟਾਲ ਮਟੋਲ ਕਰ ਦਿੰਦਾ, ਗੱਲ ਨਹੀਂ ਉਹਨਾਂ ਦੀ ਸੁਣਦਾ। ਨਹੀਂ ਨਹੀਂ, ਆਪਣੇ ਭਾਈ ਸੇ ਮਿਲ ਲਿਆ ਹੈ, ਅਬ ਮੁਝੇ ਮਕਾਨ ਦੇਖ ਕੇ ਕਿਆ ਕਰਨਾ ਹੈ। ਉਹ ਕਹਿੰਦਾ ਮੈਂ ਆਪਣੇ ਭਰਾ ਨੂੰ ਮਿਲਿਆ, ਹੁਣ ਮੈਂ ਮਕਾਨ ਦੇਖ ਕੇ ਕੀ ਕਰਨਾ ਹੈ। ਚੌਧਰੀ ਸਾਹਿਬ ਨੇ ਆਪਣੇ ਪੁੱਤਰ ਨੂੰ ਕਿਹਾ, ਅਨਵਰ ਜਾ ਹੁੱਥੋਂ, ਹੁੱਥੋਂ ਮਤਲਬ ਉੱਥੋਂ ਦੋਸਤ ਮੁਹੰਮਦ ਨੂੰ ਸੱਦ ਲਿਆ ਅਤੇ ਉਸਨੂੰ ਖਬਰ ਹੋਵੇ। ਥੋੜੇ ਚਿਰ ਬਾਅਦ 17 ਕੁ ਵਰਿਆਂ ਦਾ ਬੁੱਢਾ ਦੋਸਤ ਮੁਹੰਮਦ ਵੀ ਆ ਕੇ, 17 70 ਈਅਰਸ ਦਾ, ਠੀਕ ਹੈ। ਕੌਣ? ਮੁਹੰਮਦ, ਉਹਦਾ ਦੋਸਤ ਸੀ, ਚਾਚਾ ਜੀ ਦਾ, ਠੀਕ ਹੈ। ਮੰਜੀ ਉੱਤੇ ਬਹਿ ਗਿਆ, ਉਸਨੇ ਸਿਰ ਉੱਤੇ ਚਿੱਟੀ ਪੱਗ ਬੰਨੀ ਹੋਈ ਸੀ, ਖੂਬ ਹੂ ਉਸੇ ਤਰ੍ਹਾਂ ਦੀ ਜਿਵੇਂ ਮੇਰੇ ਪਿਤਾ ਜੀ ਬੰਦੇ ਸਨ। ਸ਼ਕਲ ਸੂਰਤ ਬੋਲ ਚਾਲ ਵੀ ਉਹਨਾਂ ਨਾਲ ਮਿਲਦੀ ਸੀ। ਇਹ ਦੋਸਤ ਮੁਹੰਮਦ ਅਨੇਕਾਂ ਵਰੇ ਦੀਵਾਨ ਦੇਸ਼ ਰਾਜਧਾਨੀ ਹੋਰਾਂ ਦੀ ਦੇਖਭਾਲ ਕਰਦਾ ਰਿਹਾ ਸੀ। ਇਹ ਕਿਸਦੀ ਦੇਖਭਾਲ ਕਰਦਾ ਰਿਹਾ ਸੀ? ਦੇਸ਼ ਰਾਜਧਾਨੀ ਦੀ, ਠੀਕ ਹੈ। ਦੀਵਾਨ ਸਾਹਿਬ ਬੈਰਿਸਟਰ ਸਨ ਅਤੇ ਰਾਵਲ ਪਿੰਡੀ ਪ੍ਰੈਕਟਿਸ ਕਰਦੇ ਸਨ। ਬੈਰਿਸਟਰ ਲੇਖੇ ਚੋਖੇ ਦਾ ਕੰਮ ਕਰਨ ਵਾਲਾ, ਠੀਕ ਹੈ। ਯੈਸ ਲਵਲੀਨਾ ਮੈਮ, ਬੈਰਿਸਟਰ ਮਤਲਬ ਲਾਇਰ, ਲਾਇਰ ਕਹਿ ਸਕਦੇ ਹੋ ਆਪਾਂ, ਲੇਖੇ ਚੋਖੇ ਦਾ ਕੰਮ ਕਰਨ ਵਾਲਾ, ਠੀਕ ਹੈ। ਉਹ ਕਰਦੇ ਸਨ ਤੇ ਰਾਵਲ ਪਿੰਡੀ ਵਿੱਚ ਹੀ ਆਪਣਾ ਜੋ ਵੀ ਉਹਨਾਂ ਦਾ ਕੰਮ ਸੀ ਉਸਦੀ ਪ੍ਰੈਕਟਿਸ ਕਰਦੇ ਹੁੰਦੇ ਸਨ। ਇਹ ਵੀ ਲਿਖ ਲਓ ਕਿ ਉਹ ਕੀ ਕੰਮ ਕਰਦੇ ਸਨ, ਬੈਰਿਸਟਰ ਸਨ। ਉਹਨਾਂ ਦੇ ਲੜਕੇ ਨਾਲ ਮੇਰੀ ਭੂਆ ਦੀ ਧੀ ਵਿਆਹੀ ਹੋਈ ਸੀ, ਤੇ ਜਿਹੜੇ ਉਹਨਾਂ ਦਾ ਮੁੰਡਾ ਸੀ ਉਹਦੇ ਨਾਲ ਲੇਖਕ ਦੀ ਕਜ਼ਨ ਦੀ ਮੈਰਿਜ ਹੋਈ ਸੀ। ਦੀਵਾਨ ਸਾਹਿਬ ਭੰਡਾਰੇ ਦੇ ਦਿਨ ਤੀਕ ਪਕਾਏ ਦਾ ਫੇਰਾ ਮਾਰਦੇ ਹੁੰਦੇ ਸਨ। ਭੰਡਾਰੇ ਦੇ ਦਿਨ ਮਤਲਬ ਜਦੋਂ ਡਿਵਾਈਡ ਹੋਇਆ ਭਾਰਤ ਪਾਕਿਸਤਾਨ, ਉਸ ਟਾਈਮ ਦੇ ਵਿੱਚ ਵੀ ਉਹ ਬਕਾਇਦਾ ਮਤਲਬ ਫੇਰਾ ਉੱਥੇ ਰਾਊਂਡ ਮਾਰਨ ਆਉਂਦੇ ਹੀ ਆਉਂਦੇ ਸਨ, ਕਿਉਂਕਿ ਪੇਰੇ ਦੇ ਆਸ ਪਾਸ ਉਹਨਾਂ ਦੀਆਂ ਜ਼ਮੀਨਾਂ ਵੀ ਸਨ। ਪਰ ਦੋਸਤ ਮੁਹੰਮਦ ਨੂੰ ਸਾਡਾ ਘਰ ਭੁੱਲ ਭੁੱਲ ਆ ਗਿਆ ਸੀ, ਕਿਉਂਕਿ ਮੇਰੇ ਪਿਤਾ ਜੀ ਘੱਟ ਵੱਧ ਕਦੇ ਪੇਰੇ ਜਾਂਦੇ ਸਨ। ਜੇ ਮੈਂ ਹੋਰ ਵਿਸਥਾਰ ਨਾਲ ਨਿਸ਼ਾਨੀਆਂ ਦੱਸਦਾ ਤਾਂ ਸ਼ਾਇਦ ਉਹਨੂੰ ਕੁੱਝ ਚੇਤੇ ਆ ਜਾਂਦਾ, ਪਰ ਹਾਲਤ ਹੀ ਕੁੱਝ ਅਜੀਬ ਬਣੀ ਹੋਈ ਸੀ। ਇੱਕ ਪਾਸੇ ਗੁਲਾਮ ਮੁਹੰਮਦ ਕੁਰਸੀ ਉੱਪਰ ਨੀਵੀਂ ਪਾਈ ਲਗਾਤਾਰ ਰੋਈ ਜਾ ਰਿਹਾ ਸੀ, ਉੱਧਰ ਬੁੱਢੇ ਦੋਸਤ ਮੁਹੰਮਦ ਦੀਆਂ ਅੱਖਾਂ ਵਿੱਚ ਵੀ ਜਿਵੇਂ ਗੰਗਾ ਜਮਨਾ ਵਹਿ ਤੁਰੀ ਸੀ। ਮੇਰੇ ਆਪਣੇ ਲਈ ਬੋਲਣਾ ਔਖਾ ਹੋ ਰਿਹਾ ਸੀ, ਮਤਲਬ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ, ਢਹਿ ਕਿੱਦਾਂ ਗਈਆਂ ਜ਼ਮੀਨਾਂ, ਕਿੱਦਾਂ ਆਪਾਂ ਅਲੱਗ ਹੋ ਗਏ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਚ ਸੋਚ ਕੇ ਗੁਲਾਮ ਮੁਹੰਮਦ ਤੇ ਜਿਹੜਾ ਉਹਨਾਂ ਦਾ ਦੋਸਤ ਸੀ ਮੁਹੰਮਦ, ਉਹ ਵੀ ਦੋਨੋਂ ਜਣੇ ਰੋਈ ਜਾ ਰਹੇ ਸੀ। ਤੇ ਲੇਖਕ ਨੂੰ ਹੋਰ ਵੀ ਜ਼ਿਆਦਾ ਹੌਸਲਾ ਨਹੀਂ ਪਿਆ ਆਪਣੇ ਘਰਦਿਆਂ ਬਾਰੇ ਪੁੱਛਣ ਦਾ, ਠੀਕ ਹੈ, ਆਪਣੇ ਘਰਦੇ ਬਾਰੇ ਪੁੱਛਣ ਦਾ। ਅਖੀਰ ਸਿਕੰਦਰ ਨੇ ਹਲੂਣ ਕੇ ਮੈਨੂੰ ਉਠਾ ਦਿੱਤਾ, ਹਲੂਣ ਕੇ ਮਤਲਬ ਮੈਨੂੰ ਇਸ ਤਰ੍ਹਾਂ ਥੋੜਾ ਜਿਹਾ ਉਹਨੇ ਹਿਲਾਇਆ। ਚਲੀਏ, ਜਬ ਤੱਕ ਚਾਏ ਤਿਆਰ ਹੋਤੀ ਹੈ ਏਕ ਬਾਹਰ ਕਾ ਚੱਕਰ ਲਗਾ ਆਤੇ ਹੈ। ਕਹਿੰਦਾ ਜਦੋਂ ਤੱਕ ਚਾਹ ਤਿਆਰ ਹੁੰਦੀ ਆਪਾਂ ਇੱਕ ਰਾਊਂਡ ਮਾਰ ਕੇ ਆਉਂਦੇ ਹਾਂ। ਬੇਦਿਲੀ ਨਾਲ ਮੈਂ ਫਿਰ ਗਲੀ ਵਿੱਚ ਆ ਗਿਆ, ਬਿਲਕੁਲ ਓਪਰੀ ਪਈ ਜਾਪਦੀ ਸੀ, ਯਕੀਨ ਨਹੀਂ ਸੀ ਆਉਂਦਾ ਕਿ ਮੈਂ ਇਸ ਗਲੀ ਵਿੱਚ ਖੇਡਦਾ ਹੁੰਦਾ ਸਾਂ। ਉਹ ਤਾਂ ਇਤਨੀ ਲੰਮੀ ਖੁੱਲੀ ਤੇ ਸੋਹਣੀ ਹੁੰਦੀ ਸੀ, ਇਤਨੀ ਛੋਟੀ ਪੀੜੀ ਤੇ ਕੋਜੀ, ਕੋਜੀ ਮਤਲਬ ਇੰਨੀ ਸੋਹਣੀ ਨਹੀਂ ਸੀ ਹੁੰਦੀ, ਉਹਦੇ ਹਾਲਾਤ ਇੰਨੇ ਵਧੀਆ ਨਹੀਂ ਸੀਗੇ। ਨੈਕਸਟ ਪੇਜ, ਸਿਕੰਦਰ ਨੇ ਮੈਨੂੰ ਇੱਕ ਸਿਰਿਓਂ ਦੂਜੇ ਸਿਰ ਤੀਕ ਦਾ ਚੱਕਰ ਮਾਰ ਲਿਆ, ਮਤਲਬ ਇੱਕ ਪਾਸੇ ਤੋਂ ਸ਼ੁਰੂ ਹੋ ਕੇ ਦੂਸਰੇ ਸਾਈਡ ਤੱਕ ਰਾਊਂਡ ਮਾਰ ਲਿਆ ਸੀ। ਕਿਸਨੇ? ਸਿਕੰਦਰ ਨੇ। ਅਚਾਨਕ ਇੱਕ ਘਰ ਦੇ ਅੱਗੇ ਲੰਘਦਿਆਂ ਮੇਰੀ ਨਜ਼ਰ ਉਹਦੇ ਵਿਹੜੇ ਵਿੱਚ ਪਈ, ਮੈਂ ਖਲੋ ਗਿਆ ਤੇ ਕਿਹਾ, ਇਸ ਘਰ ਵਿੱਚ ਮੈਂ ਖੇਡਦਾ ਹੁੰਦਾ ਸਾਂ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇਹਦੇ ਕੋਠੇ ਉੱਤੇ ਵੀ ਅਸੀਂ ਚੜ੍ਹਦੇ ਹੁੰਦੇ ਸਾਂ, ਇੱਥੇ ਮੇਰਾ ਦੋਸਤ ਰਹਿੰਦਾ ਹੁੰਦਾ ਸੀ।
पौड़िया कोल एक गरीबड़ा जिहा आदमी चादर बलेटी पिया सी। चादर बलेटी मीन्स बलेटी चादर लेके, हाँ जी चादर लेके, चादर लपेट के, ठीक है। एक गरीब जिहा इंसान सिकंदर ने उस कोल अंदर आने की इजाजत मांग ली तो मैनु कहा जाइए अंदर उपर भी जाइए। नहीं अंदर जाके की लेना, मैं कहा हूँ बाईया तेईया वरिया दे सिकंदर ने मैनू गल गली विच खलो के इंज डांटिया। हूँ सिकंदर जेड़ा ओदा दोस्त सी ओदी उम्र किन्नी है, 22-23 साल दी। जिवें ओ मेरा कोई बुजुर्ग होवे, मतलब उन्होंने डांटिया सी जिदा कोई वड्डा जापदा है। सानी साहब आप कैसे फजूल से तकल्लुफात दा शिकार हो रहे हो। तकल्लुफात मतलब तुसी किदां दे फजूल जिहे मतलब सोचा सोची जा रहे हो। हम भी आपकी तरह हैं, जब कभी दिल्ली जाएं अपने छोड़े हुए घर का कोना कोना छान मारते हैं। मतलब कहिंदा कि जो आप तुहाडे वांगू ही आ, जो आप दिल्ली जांदे सीगे कि असीं भी अपने घर का कोना कोना छान मारदे, छान मतलब कोना कोना आपां परोल मारदे सीगे। चाहे किसी को कितनी भी तकलीफ हो, आपने यहाँ रहने थोड़ी है कि किसी हर किसी का इतना लिहाज किए जा रहे हो। मतलब कहिंदा कि तुसीं इत्थे रहना थोड़ी आ कि तुसीं हर एक दा लिहाज मतलब हर एक दी सोच सोची जांदे हो कि जे मैं अंदर चल जावांगा अगला की सोचेगा, ठीक है। 2 घंटे बाद आपको यहाँ से चले जाना है। वो किन्ने घंटे, वो कहिंदा कि 2 घंटे बाद। आया किन्नी देर ली सी, 3 घंटे ली, ठीक है। और फिर आपको खुदा जाने कभी इधर आना नसीब भी हो या नहीं, ये सुस्ती छोड़िए और एक जगह बैठ बैठ के वक्त गवाने की बजाय जितना घूम सकते हो देखिए, ठीक है। वो कहिंदा कि मतलब ऐदा दियां सोचा ना हुण सोचो कि आपां इत्थों दे की लैणा है या की करना है। ये सोचण दी बजाय तुसी बाकी जिहड़ा इलाका है उहनूं देखो, अपने पिंड नूं देखो, ठीक है। कितना स्वाद मिलिया उहनां पौड़ियां उपर दुबारा पैर रख के, कितना स्वाद मतलब क्योंकि जिथे लेखक रहिंदा सी, जिथे उह अपने दोस्त दे नाल खेडदा सी, ठीक है। हुण देखो आपां मान लो कि असीं अपने कईआं दा हुंदा घर पिंडां विच हुंदा, ठीक है। जो तुसी किते पिंड विच जांदे हो ते तुहानू हुंदा ना कि इत्थे आपां अपना बचपन गुजारिया आ, तुहानू बहुत ज्यादा फीलिंग हुंदी एक, है ना। तुसी उस चीज दे नाल टच विच आंदे हो, फिर जदों तुसी उत्थे किसी भी चीज नूं इदां देखदे हो ते तुहानू लगदा कि इत्थे बह के मैं इह चीज कीती सी, ठीक है। इत्थे बह के मैं खेडिया सी अपने फ्रेंड्स नाल, ते उही वाली फीलिंग जिहड़ी है उह लेखक नूं आंदी है कि उत्थे जदों उहने पौड़ियां ते पैर रख्या उत्थे उहनूं फील होया कि मैं इत्थे अपना बचपन गुजारिया है। उपर कोठे उत्ते पुछ के एन अपनी अखां सामने, एन मतलब टोटली, ठीक है, मैनू अपने घर दा उपरला सुफा साफ दिस पिया। सुफा, सुफा की है, घर दे दरवाजे लागे एक ड्योड़ी। ड्योड़ी किनू कहंदे आ, मतलब जिस तरह इत्थे डोर है तुहाडे घर दा उहदे अगे थोड़ी खाली जगह, ठीक है, उहनू आपां कहंदे हां सुफा। ओदे सज्जे वाली रसोई दिस पई अते मैं चीख उठिया ओ साडा घर। हुण लेखक जदों उस घर विच पहुंचिया, ठीक है, अपने दोस्त दे घर विच, हले ओ अपने घर पहुंचिया ही नहीं है, ठीक है, दोस्त दे घर पहुंचा ते ओ उपर जदों गया ते ओनू अपना फाइनली घर दिस पिया। उस कमरे विच मेरी भैण दी कुड़माई हुई सी। कुड़माई की हुंदा है, कुड़माई Yes, अर्चिता, कुड़माई की हुंदा है? मैम मंगनी हुई सी। गुड, एंगेजमेंट या मंगनी, ठीक है, मतलब उन्हों हुण याद आ गया कि जिथे वो कमरे विच उन्हों एक कमरा नजर आया उथे उन्हों लगा कि उदी भैन की कुड़माई हुई सी, मंगनी हुई, क्योंकि पहला देखो अजकल तो काफी ज्यादा ट्रेंड चल पिया है ना, लोकी होटल्स वगैरह विच एंगेजमेंट वगैरह करते हैं। पहला रोका या एंगेजमेंट हुंदी सी वो घर विच ही हुंदी सी, ठीक है। ਉਹ ਸਾਡੀ ਰਸੋਈ ਤੇ ਉਹਨੂੰ ਸਾਰੇ ਆਪਣਾ ਘਰ ਜਿਹੜਾ ਸੀ ਨਜ਼ਰ ਆਉਣ ਲੱਗ ਪਿਆ, ਇੱਥੇ ਰੂਮ ਹੈ, ਇੱਥੇ ਰਸੋਈ ਹੈ, ਠੀਕ ਹੈ। ਉਸ ਵੇਲੇ ਖੋਰੇ ਅੰਦਰ ਕਿਹੜਾ ਜਵਾਲਾਮੁਖੀ ਫੁੱਟਿਆ। ਖੋਰੇ ਮਤਲਬ ਪਤਾ ਨੀ ਕਿਹੜਾ ਜਵਾਲਾਮੁਖੀ, ਮਤਲਬ ਇੱਕਦਮ ਹੀ ਉਹਨੇ ਆਪਣਾ ਘਰ ਦੇਖਿਆ, ਇੱਕਦਮ ਹੀ ਉਹਨੂੰ ਸੋਰੀ ਇੱਕ ਫੀਲਿੰਗ ਜੀ ਆਈ, ਠੀਕ ਹੈ, ਤੇ ਉਹਦੇ ਅੰਦਰ ਜਵਾਲਾਮੁਖੀ। ਜਵਾਲਾਮੁਖੀ ਕਿਹਦਾ? ਉਹਦੀਆਂ ਭਾਵਨਾਵਾਂ ਦਾ, ਉਹਦੀਆਂ ਫੀਲਿੰਗਸ ਦਾ, ਠੀਕ ਹੈ। ਰੋਂਦਾ ਤੇ ਕਰਕਦਾ ਮੈਂ ਮਿੱਟੀ ਪੋਚੇ ਫਰਸ਼ ਉੱਪਰ ਢੇਰ ਹੋ ਗਿਆ। ਰੋਂਦਾ ਕਰਕਦਾ, ਕਰਕਦਾ ਮਤਲਬ ਕਿ ਥੋੜਾ ਜਿਹਾ ਆਪਣੇ ਆਪ ਵਿੱਚ ਉਹ ਫੀਲ ਕਰ ਰਿਹਾ ਸੀ, ਠੀਕ ਹੈ, ਤੇ ਉਹ ਮਿੱਟੀ ਪੋਚੇ, ਜਿਹੜਾ ਮਿੱਟੀ ਪੋਚਾ ਫਰਸ਼ ਕਿਹੜਾ ਹੁੰਦਾ ਆ, ਪਤਾ ਕਿਸੇ ਨੂੰ? ਮਿੱਟੀ ਪੋਚਾ ਫਰਸ਼,
मिट्टी पोचा फर्श। देखो अजकल आप करते हाँ घर पत्थर वगैरह लगा लें, ठीक है, सारे साडा जिहड़ा फर हुंदा है दीवारां ते या टाइल्स वगैरह आप लगा लें फर्श से लगा लें। पहला पहला की सीगा इन्ना मॉडर्न टाइम नहीं सी, पत्थर तो पता ही नहीं सी किसी नूं की हुंदा है, अगे फर्श हुंदा हुंदा सीगा, ठीक है, वह जिस तरह सीमेंटड जिहा हुंदा है, राइट। तो अजकल अलग अलग तरह का जिन्ना तुसी कलरफुल पत्थर लगा लेंदे हो मार्बल लगा लेंदे हो, पहला पहला की हुंदा सीगा मिट्टी फेरी जांदी सीगी फर्श से, अगर किसी ने देखा हो तो असाइनमेंट की थी, अपना प्रोजेक्ट वर्क किया ना तुसी, वो दे विच दो तीन बच्चों ने पुराने घर दीआं फोटोस लगाईआं होईआं सी, लगाईआं ना अर्शप्रीत तुसी, उहदे विच की हुंदा आ मिट्टी फेरी जांदी सी घरां विच, ओह की करदे सी लेडीज की करदीआं सीगीआं डेली उठ के, जिद्दां हुण आपां झाड़ू पोचा मारदे ना डेली उठ के की करदीआं सीगीआं, हर एक रूम दे विच मिट्टी फेरदीआं सी हथ दे नाल, ठीक है, ओ उथे ही ओह टेरी हो गया, टेरी मतलब ओह पेंट हो गया, बेहोश हो गया, ओह लोग दिलासा देने लई आए, मैं बोली जा रहा सा मैनू छड्ड दिओ, मैं घर नू वेख के नहीं रो रहा, मैनू भैण याद आ रही है जिहड़ी मर चुकी है, हुण ओहदी भैण मर चुकी है इसलिए ओह याद कर रहा ते ओह बेहोश हो गया, मेरी भैण मोड़ दो रब्बा मेरी भैण मोड़ दे, अपने उत्ते शर्म भी आ रही सी, मैं की कर रहा हाँ ओपरे देश ओपरी थां ओपरे बंदिया दी मौजूदगी विच, मैनू अपने आप उपर कोई काबू नहीं सी, मतलब ओदा अपने उत्ते कोई कंट्रोल नहीं सी, ठीक है, राइट, चैप्टर फिनिश। हुण ओदा ओनू शर्म क्यों आ रही सी अपने आप उत्ते, क्योंकि ओनू लग रहा सीगा कि हुण तां मेरा इत्थे कुछ भी नहीं हैगा, पर फिर भी मैं रोई जा रहा हाँ, वह सिर्फ अपनियां पुरानियां यादां नू ताजा कर रहा सी, एदां दीआं यादां जिहड़ियां सिर्फ ओदे ज़हन विच ही रह गईआं, ठीक है ना, ओनू अपने घर विच कोई रिलेटिव नजर आया, सिर्फ एक चाचा जी नजर आए जेडे कि हुण दूसरी कम्यूनिटी दे हो गए सन, ते उन्हां ने की कीता सीगा उत्थे ही घर बना लिया सी, ठीक है, फिर ओनू जदों दूसरे पासे आया ते फिर ओनू अपना घर जिहड़ा है ओह फाइनली नजर आ गया। इहदा मतलब की है कि ओह जिहड़ा चाचा जी दा घर बनाया होया सी ओह ओहदा घर नहीं सी, नहीं सी ओहदा घर, ओनू सिर्फ मतलब ओहदे दिमाग विच ना हल्की हल्की जिद्दां यादां सी, ओहनू लग रिहा सीगा कि शायद इह ओह घर होवे, पर ओह घर ओहदा नहीं, उहनां दा नहीं सी, ठीक है, ओहनू घर अपने दोस्त दे घर जा के नजर आया सी सामने जिथे ओह खेडण आंदा हुंदा सीगा। है काफी टचिंग स्टोरी है, राइट, अगर काफी तुसी फीलिंग दे नाल पढ़ो तां टचिंग स्टोरी है। अगर किसी नूं बेटा कोई भी वर्ड कोई भी लाइन ना समझ लगी होए तां मैनूं दस्सो, वन वर्ड असाइनमेंट आपां कल करांगे और लोंग क्वेश्चन आंसर भी आपां इहदे कल करांगे, ठीक है, ओके। और जिहड़ी मैं पहलां गल कही सी हुण बच्चे आ चुके ने काफी, बेटा सी तुहाडा टेस्ट अगर जिस तरह 5 बजे है, अगर कोई उस टाइम ते ट्यूशन वगैरह जांदा है, ठीक है, तो मैनूं परसनली मैसेज कर दिओ, राइट, और अपने जिहड़ा तुसी टेस्ट है वह देना ही देना है हर एक सब्जेक्ट का, ओके, हाँ जी, एनी डाउट, क्लियर है, ईजी है चैप्टर, ठीक है। कल मैं पहला थोड़े को सार सुनांगी, एक्स्ट्रा क्वेश्चन भी थोड़े जे पुट करांगी ये दी कि मान लो कि ओनू किदां दी फीलिंग आई सी घर देख के, ते बाद विच ओनू किदां शर्मिंदा होना पिया, ये सारा, ठीक है, यस लवलीना। मैम जब लेखक पुल्लोवाल वाले बस अड्डे पर था, मैम वो वाला एक्सप्लेन कर दो, जब वो बस में बैठकर जा रहा था अपने रास्ते, जो दो पुल्लोवाल दे बस अड्डे ते सी ना ते कोई प्रॉब्लम आ गई सी, ते ओ उत्थे ओनू ओ जिहड़ा बस दा कंडक्टर है ओ कहंदा है कि तुहानू हुण घट्टो घट वेट करनी पएगी 45 मिनट्स, ते ओहदे कोल इन्ना टाइम है नहीं सीगा, ओहदे कोल सिर्फ 3 घंटे सीगे, क्यों 3 घंटे सी, क्योंकि जिहड़ी ओहदी टिकट सी ना आपां पढ़िया सी ना टिकट दे विच आन जान दा टाइम मेंशन कर दिता सी ऑलरेडी, इसलिए ओहदे कोल सिर्फ 3 घंटे ही सन, ते 3 घंटे च ओहने वापस जाना सी, इसलिए ओहनू गुस्सा चढ़ रहा सीगा कि ओह पुल्लोवाल जिहड़ा बस अड्डा है उत्थे इन्ना ज्यादा टाइम लग रहा है, ओके। होर कोई किसे नूं कोई डाउट होए, यस पनिका, यस मैम, इसकी एंडिंग एक बार आप दोबारा बता दो, मेरा नेटवर्क कनेक्शन के कारण बहुत प्रॉब्लम आ रही थी। ओके ओके, एंडिंग दे विच बच्चे ओ ना की करदा है, जदों अपने चाचा जी दे घरों निकलदा आ
ਫਿਰ ਉਹ ਉਹਦੇ ਦੋਸਤ ਨਾ ਉਹਨੂੰ ਇਨਸਿਸਟ ਕਰਦੇ ਆ ਕਿ ਤੂੰ ਇੱਥੇ ਹੀ ਬਹਿ ਕੇ ਮਤਲਬ ਕਿ ਇੱਦਾਂ ਦੱਬੀ ਕੁੱਤੀ ਨਾ ਜਾ, ਥੋੜਾ ਬਾਹਰ ਆ ਆਪਣੇ ਪਿੰਡ ਨੂੰ ਹੋਰ ਦੇਖ, ਕਿਉਂਕਿ ਆਪਾਂ ਇੱਥੇ ਕਿਸੇ ਨੂੰ ਮਿਲਣ ਥੋੜੀ ਆਏ ਆ, ਆਪਾਂ ਤੇ ਪਿੰਡ ਘੁੰਮਣ ਆਏ ਆ। ਫਿਰ ਉਹ ਜਾਂਦਾ ਹੈ ਗਲੀ ਦੇ ਵਿੱਚ ਤਾਂ ਉਹਨੂੰ ਸਡਨਲੀ ਇੱਕ ਘਰ ਨਜ਼ਰ ਆਉਂਦਾ, ਉਹ ਘਰ ਉਹਦੇ ਦੋਸਤ ਦਾ ਹੁੰਦਾ ਆ ਜਿੱਥੇ ਉਹ ਉਹਦੇ ਨਾਲ ਬਚਪਨ ਵਿੱਚ ਖੇਡਿਆ ਕਰਦਾ ਸੀ। ਫਿਰ ਉਹ ਏਦਾਂ ਕਰਦਾ ਕਰਦਾ ਉੱਪਰ ਜਾਂਦਾ ਆ ਤੇ ਉੱਪਰ ਜਿਹੜਾ ਉਹਨੂੰ ਨਾ ਡਿਓੜੀ ਦੇ ਵਿੱਚੋਂ ਦੀ ਮਤਲਬ ਇੱਕ ਖਾਲੀ ਜਗ੍ਹਾ ਹੁੰਦੀ ਆ ਪੌੜੀਆਂ ਤੋਂ ਉੱਪਰ ਛੱਤੀ ਹੋਈ, ਉੱਥੋਂ ਦੀ ਉਹਨੂੰ ਆਪਣਾ ਘਰ ਨਜ਼ਰ ਆਉਂਦਾ। ਫਾਈਨਲੀ ਉਹਨੂੰ ਆਪਣਾ ਘਰ ਨਜ਼ਰ ਆਏਗਾ ਤੇ ਘਰ ਦੇਖ ਕੇ ਉਹ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦਾ ਆ। ਉਹਨੂੰ ਲੱਗਦਾ ਹੈ ਕਿ ਇੱਥੇ ਹੀ ਉਹਨੂੰ ਸਾਰਾ ਇੱਕ ਰੂਮ ਨਜ਼ਰ ਆਉਂਦਾ ਆ, ਉੱਥੇ ਉਹਦੀ ਜਿਹੜੀ ਭੈਣ ਦੀ ਉਹਦੀ ਅੰਗੇਜਮੈਂਟ ਹੋਈ ਸੀ, ਕੁੜਮਾਈ, ਠੀਕ ਹੈ। ਬਹੁਤ ਜ਼ਿਆਦਾ ਰੋਂਦਾ, ਉਹਦੇ ਦੋਸਤ ਕਹਿੰਦੇ ਕਿ ਤੂੰ ਇੰਨਾ ਜ਼ਿਆਦਾ ਕਿਉਂ ਸੀਰੀਅਸ ਹੋ ਗਿਆ। ਉਹ ਕਹਿੰਦਾ ਕਿ ਇੱਥੇ ਮੇਰੀ ਭੈਣ ਜੋ ਮਰ ਚੁੱਕੀ ਹੈ ਉਹਨੂੰ ਆਪਣੀ ਮਰੀ ਹੋਈ ਭੈਣ ਦੀ ਯਾਦ ਆਉਂਦੀ ਹੈ, ਤੇ ਉਹ ਕਹਿੰਦਾ ਕਿ ਮੇਰੀ ਭੈਣ ਮੈਨੂੰ ਵਾਪਿਸ ਕਰ ਦੋ, ਠੀਕ ਹੈ। ਤੇ ਫਿਰ ਉਹਨੂੰ ਲੱਗਦਾ ਬਾਅਦ ਵਿੱਚ ਲੱਗਦਾ ਕਿ ਮੈਂ ਪਰਾਏ ਲੋਕਾਂ ਦੇ ਵਿੱਚ ਆਇਆ ਹੀ ਕਿਉਂ, ਜਦਕਿ ਮੇਰਾ ਇੱਥੇ ਹੁਣ ਕੁਛ ਨੀ ਰਹਿ ਗਿਆ, ਘਰ ਵੀ ਉਹਨਾਂ ਦਾ ਟੁੱਟ ਪੁੱਟ ਚੁੱਕਾ ਸੀਗਾ, ਠੀਕ ਹੈ। ਇਹ ਸੀ ਐਂਡ ਦਾ। ਰਾਈਟ, ਹੋਰ ਕੋਈ ਡਾਊਟ ਬੇਟਾ? ਰਾਈਟ, ਓਕੇ। ਅਰਚਿਤਾ, ਯੈਸ ਅਰਚਿਤਾ। ਮੈਮ, ਕਰਕਦਾ ਕਾ ਕਿਆ ਮੀਨਿੰਗ ਹੋਤਾ ਹੈ? ਰੋਂਦਾ ਤੇ ਕਰਕਦਾ, ਮੈਂ ਮਿੱਟੀ ਪੋ ਮਿੱਟੀ ਪੋਚ ਕਰ ਕਰਕਦਾ ਕਿਹਦਾ ਕਰਕਦਾ ਲਾਸਟ ਪੈਰਾਗ੍ਰਾਫ ਮੈਂ ਹੈ ਕਰਕਦਾ ਕਰਕਦਾ ਓਕੇ ਰੋਂਦਾ ਤੇ ਕਰਕਦਾ ਕਰਕਦਾ ਮਤਲਬ ਕਿ ਉਹ ਮਤਲਬ ਰੋ ਰਿਹਾ ਸੀ ਅੰਦਰੋਂ ਦੀ, ਕਰਕਦਾ ਮਤਲਬ ਉਹਨੂੰ ਬਹੁਤ ਜ਼ਿਆਦਾ ਫੀਲ ਹੋ ਰਿਹਾ ਸੀ, ਠੀਕ ਹੈ। जब उसको उसकी मरी हुई बहन मम्मी आ जाती है, उसके बाद क्या हुआ था? मेरे तो बात बेटा। जब उसको उसकी मरी हुई बहन याद आती है, ਉਹਨੂੰ ਆਪਣੀ ਮਰੀ ਹੋਈ ਭੈਣ ਯਾਦ ਆਉਂਦੀ, ਉੱਥੇ ਹੀ ਚੈਪਟਰ ਖਤਮ ਹੋ ਜਾਂਦਾ। ਫਿਰ ਉਹ ਬੇਹੋਸ਼ ਹੋ ਜਾਂਦਾ ਆ, ਉਹਨੂੰ ਫਿਰ ਬਾਅਦ ਵਿੱਚ ਫੀਲ ਹੁੰਦਾ ਆ ਕਿ ਮਤਲਬ ਮੈਂ ਇੱਥੇ ਆਇਆ ਹੀ ਕੀ ਕਰਨ ਸੀ, ਮੇਰਾ ਇੱਥੇ ਹੈ ਹੀ ਕੁਝ ਨੀ, ਨਾ ਮੇਰੇ ਪੇਰੈਂਟਸ ਆ, ਨਾ ਮੇਰਾ ਕੋਈ ਭੈਣ ਭਰਾ ਆ। ਉਸ ਤੋਂ ਬਾਅਦ ਵੀ ਦੇਖੋ ਐਂਡ ਤੇ ਉਹਨੂੰ ਆਪਣੇ ਆਪ ਉੱਤੇ ਹੀ ਸ਼ਰਮ ਆ ਰਹੀ ਸੀ ਕਿ ਮੈਂ ਇੱਥੇ ਕਰਨ ਕੀ ਆਇਆ, ਪਰਾਏ ਲੋਕਾਂ ਦੇ ਵਿੱਚ, ਪਰਾਏ ਦੇਸ਼ ਵਿੱਚ ਮੈਂ ਕੀ ਕਰਨ ਆਇਆ ਸੀ, ਠੀਕ ਹੈ। ਮਤਲਬ ਇੱਕ ਐਂਡ ਦੇ ਵਿੱਚ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਬਚਪਨ ਜਿਹੜਾ ਹੈ ਤੁਹਾਨੂੰ ਬਹੁਤ ਯਾਦ ਆਉਂਦਾ ਹੈ, ਪਰ ਜਦੋਂ ਕਿਸੇ ਉੱਥੇ ਕੋਈ ਚੀਜ਼ ਰਹਿ ਹੀ ਨਹੀਂ ਜਾਂਦੀ, ਸਿਰਫ ਯਾਦਾਂ ਹੀ ਰਹਿ ਜਾਂਦੀਆਂ, ਯਾਦਾਂ ਦੇ ਸਹਾਰੇ ਆਪਾਂ ਜੀ ਤਾਂ ਲੈਂਦੇ ਹਾਂ, ਪਰ ਜੇ ਯਾਦਾਂ ਨੂੰ ਵੰਡਣ ਵਾਲਾ ਹੀ ਕੋਈ ਨਾ ਹੋਵੇ ਤਾਂ ਫਿਰ ਕੋਈ ਫਾਇਦਾ ਨਹੀਂ ਹੈ, ਠੀਕ ਹੈ।